3 ਜਨਵਰੀ ਸਨ 1957 ਇਸ ਦਿਨ ਸਵਿਟਜ਼ਰਲੈਂਡ ਦੀ ਹੈਮਿਲਟਨ ਨਾਮਕ ਘੜੀਆਂ ਵਾਲੀ ਕੰਪਨੀ ਨੇ ਦੁਨੀਆ ਦੀ ਪਹਿਲੀ ਸੈੱਲਾਂ ਨਾਲ ਚੱਲਣ ਵਾਲੀ ਗੁੱਟ ਘੜੀ ਦੀ ਪੇਸ਼ਕਸ਼ ਕੀਤੀ ਜੋ ਬਾਅਦ ਵਿੱਚ $200 ਵਿੱਚ ਵਿਕੀ। ਅੱਜ ਦੇ ਹੀ ਦਿਨ ਸਨ 1991 ਵਿੱਚ ਬਰਤਾਨਵੀ ਸਰਕਾਰ ਨੇ ਆਤੰਕੀ ਹਮਲਿਆਂ ਦੀਆਂ ਧਮਕੀਆਂ ਮਿਲਣ ਤੋਂ ਬਾਅਦ 7 ਇਰਾਕੀ ਰਾਜਦੂਤਾਂ, 8 ਇਰਾਕੀ ਅੰਬੈਸੀ ਦੇ ਅਧਿਕਾਰੀਆਂ ਤੇ 67 ਹੋਰ ਇਰਾਕੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਸਨ, ਨੂੰ 24 ਘੰਟਿਆਂ ਦੇ ਅੰਦਰ ਅੰਦਰ ਬਰਤਾਨੀਆ ਛੱਡ ਕੇ ਚਲੇ ਜਾਣ ਲਈ ਕਿਹਾ। ਇਸੇ ਹੀ ਦਿਨ ਸਨ 1993 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜਾਰਜ HW ਬੁਸ਼ ਤੇ ਰੂਸ ਦੇ ਰਾਸ਼ਟਰਪਤੀ ਬੋਰਿਸ ਯੈਲਟਸਿਨ ਨੇ ਮੋਸਕੋ ਵਿਖੇ ਪਰਮਾਣੂ ਹਥਿਆਰਾਂ ਨੂੰ ਸੀਮਤ ਕਰਨ ਸੰਬੰਧੀ START-2 ਨਾਮਕ ਸੰਧੀ ਉੱਤੇ ਹਸਤਾਖਰ ਕੀਤੇ। START ਦਸਤਾਵੇਜ਼ ਦਾ ਪੂਰਾ ਨਾਂ ਸਟ੍ਰੈਟੇਜਿਕ ਆਰਮਸ ਰਿਡਕਸ਼ਨ ਟ੍ਰੀਟੀ ਹੈ। ਸਨ 1998 ਦੀ 3 ਜਨਵਰੀ ਨੂੰ ਚੀਨ ਨੇ ਯਾਂਗਟਜ਼ੀ ਤੇ ਯੈਲੋ ਰਿਵਰ ਵਾਦੀ ਵਿੱਚ ਪ੍ਰਦੂਸ਼ਣ ਨਾਲ ਲੜਨ ਲਈ 270 ਕਰੋੜ ਰੁਪਏ ਖਰਚ ਕਰਨ ਦਾ ਐਲਾਨ ਕੀਤਾ, ਜਿਸ ਤੋਂ ਬਾਅਦ 10 ਲੱਖ ਵਰਗ ਮੀਲ ਖੇਤਰ ਉੱਤੇ ਸੰਘਣਾ ਜੰਗਲ ਵਿਛਾਇਆ ਗਿਆ। 3 ਜਨਵਰੀ ਸਨ 1998 ਇਸ ਦਿਨ ਅਲਜੀਰੀਆ ਵਿਖੇ ਅੱਤਵਾਦੀਆਂ ਵੱਲੋਂ ਕੀਤੇ ਗਏ ਬੰਬ ਧਮਾਕਿਆਂ ਨਾਲ 412 ਲੋਕਾਂ ਦੀ ਮੌਤ ਹੋ ਗਈ।